ਯੋ WhatsApp ਜਨਤਾ ਕਿਵੇਂ ਕੀ ਹਾਲ ਚਾਲ ਅੱਜ ਤੱਕ ਪੰਜਾਬ 'ਚ ਸਿਰਫ ਦੋ ਹੀ ਮੁੱਖ ਮੰਤਰੀ ਫੇਮਸ ਹੋਇਆ ਪਹਿਲੇ ਚੰਨੀ ਸਾਹਿਬ ਤੇ ਦੂਜੇ ਧਮਕ ਬੇਸ ਵਾਲੇ ਮੁੱਖ ਮੰਤਰੀ ਸੋ ਨਾ ਤਾਂ ਚੰਨੀ ਸਾਹਿਬ ਰਹੇ ਆ ਮਤਲਬ ਮੁੱਖ ਮੰਤਰੀ ਉਹਦਾ ਹੈਗੇ ਆ ਤੇ ਨਾ ਹੀ ਧਮਕ ਬੇਸ ਵਾਲਾ ਮੁੱਖ ਮੰਤਰੀ ਮੁੱਖ ਮੰਤਰੀ ਰਿਹਾ ਉਹ ਹੁਣ ਮੁੱਖ ਮੰਤਰੀ ਤੋਂ ਬਣ ਚੁੱਕਿਆ ਕਬਾੜੀ ਵਾਲਾ ਟੋਟਾ ਪਜਾ ਦੋ ਆ ਵੇ ਚਲੋ ਰੱਤੀ ਵੇਚ ਲੋ ਗੱਤਾ ਵੇਚ ਲੋ ਪਲਾਸਕਟ ਵੇਚ ਲੋ ਕਿਉਂ ਬਣਿਆ ਤੇ ਕਿਵੇਂ ਬਣਿਆ ਸਾਰਾ ਕੁਝ ਤੁਸੀਂ ਆਲਰੇਡੀ ਫੇਸਬੁਕ ਤੇ ਦੇਖ ਹੀ ਲਿਆ ਹੋਣਾ ਸੋ ਅੱਜ ਤੋਂ ਥੋੜਾ ਟਾਈਮ ਪਹਿਲਾਂ ਮੁੱਖ ਮੰਤਰੀ ਮਹਿੰਗੇ ਮਹਿੰਗੇ ਕੱਪੜੇ ਪਾ ਕੇ ਗੱਡੀਆਂ 'ਚ ਘੁੰਮ ਰਿਆ ਸੀ ਸੋਨੀ ਮਾਨ ਦੇ ਨਾਲ ਕਦੇ ਸੋਨੀ ਮਾਨ ਨੂੰ ਉਹਦਾ ਕੇਲਾ ਪਸੰਦ ਆਉਂਦਾ ਸੀ ਤੇ ਅੱਜ ਸੋਨੀ ਮਾਨ ਵੀ ਉਹਨੂੰ ਬੁਲਾਉਂਦੀ ਨਹੀਂ ਉਹਨਾਂ ਦਾ ਫੋਨ ਨਹੀਂ ਚੱਕਦੇ ਪਏ ਉਹਦਾ ਕਾਰਵਿਚਾਰੇ ਦਾ ਹਨਾ ਫਰਸ਼ ਟੁੱਟਿਆ ਹੋਇਆ ਜਦ ਦ ਉਹ ਦੱਸ ਰਿਹਾ ਸੀਗਾ ਇੰਟਰਵਿਊ ਦੇ ਵਿੱਚ ਕੀ ਕਰੇ ਹਜੇ ਫਰਸ਼ ਵੀ ਨਹੀਂ ਲੱਗਿਆ ਉਹਨੂੰ ਵਰਤ ਕੇ ਉਹਦੇ ਤੋਂ ਕਰੋੜਾਂ ਦਾ ਬਿਜ਼ਨਸ ਕਰਕੇ ਜੇ ਤੁਸੀਂ ਇਹਨਾਂ ਦੇ 62 ਵੈਸਟ ਸਟੂਡੀਓ ਦੇ YouTube ਚੈਨਲ ਤੇ ਜਾ ਕੇ ਦੇਖੋਗੇ ਗ ਇਨੇ ਨੇ ਵਿਊਜ਼ ਆਏ ਹੋਏ ਲੱਖਾਂ ਦੇ ਵਿੱਚ ਮਿਲੀਅਨ ਦੇ ਵਿੱਚ ਗਾਣਿਆਂ ਤੇ ਵਿਊਜ਼ ਗਏ ਹੋਇਆ ਜੇ ਉਹਦਾ YouTube ਰੈਵਨਿਊ ਵੀ ਕੱਢਿਆ ਜਾਵੇ ਤਾਂ ਇੰਨਾ ਕੁ ਰੈਵਨਿਊ ਹੋ ਸਕਦਾ ਕਿ ساری ਜ਼ਿੰਦਗੀ ਮੁੱਖ ਮੰਤਰੀ ਵਿਚਾਰਾ ਦੋ ਰੋਟੀ ਖਾਣ ਵਾਲਾ ਬੰਦਾ ساری ਜ਼ਿੰਦਗੀ ਰੋਟੀ ਖਾ ਸਕਦਾ ਪਰ ਕਿਉਂਕਿ YouTube ਦਾ ਵੈਨਿਊ ਬਾਰੇ ਜਿਨ੍ਹਾਂ ਨੂੰ ਨੌਲੇਜ ਹੈ ਉਹਨਾਂ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ YouTube ਤੋਂ ਕਿੰਨੀ ਕਮਾਈ ਕਿੰਨੇ ਵਿਊਜ਼ ਮਗਰ ਹੁੰਦੀ ਆ ਇੰਨੇ ਜ਼ਿਆਦਾ ਵਿਊਜ਼ ਦੇ ਮਗਰ ਉਹਨਾਂ ਨੇ ਕਿੰਨੇ ਕਮਾਏ ਹੋਣਗੇ ਉਹਨਾਂ ਨੇ ਸਿਰਫ ਇੱਕ ਘਰ પાਕੇ ਦਿੱਤਾ ਹਨਾ ਛੱਤ ਕੇ ਫਰਸ਼ ਵੀ ਨ ਲਵਾ ਕੇ ਦਿੱਤਾ ਬੂਹੇ ਬਾਰੀਆਂ ਲੱਗਣ ਵਾਲਾ ਕੰਮ ਪਿਆ ਉਦਾਂ ਹੀ ਛੱਡ ਤਾਇਆ ਹੁਣ ਉਹ ਨਹੀਂ ਚੱਲ ਰਿਹਾ ਉਹਦੀ ਨਹੀਂ ਹਾਈਪ ਨਹੀਂ ਰਹੀ ਇਹਨਾਂ ਨੇ ਬਾਕੀ ਆਪਣੀ ਸੋਨੀ ਮਾਰ ਨੂੰ ਚਲਾਉਣਾ ਸੀਗਾ ਉਹਦੇ ਥੋੜਾ ਬਹੁਤ ਤੋਰੀ ਫੁਲਕਾ ਚੱਲ ਪਿਆ ਆ ਉਹਨੂੰ ਵੈਸੇ ਹੀ ਤੁਸੀਂ ਪੌਰਨ ਹੱਬ ਤੇ ਚਲਾ ਦਿੰਦੇ ਉਹਨੇ ਵੈਸੇ ਹੀ ਚੱਲ ਪੈਣਾ ਕਿਉਂਕਿ ਤੁਹਾਨੂੰ ਪਤਾ ਹੀ ਆ ਪੰਜਾਬੀਓ ਦੇ ਅਮੇ ਜੀ ਨੂੰ ਜੱਜ ਨਹੀਂ ਕਰਦਾ ਮੈਂ ਕਿਸੇ ਨੂੰ ਇੱਥੇ ਜੱਜ ਕਰਨ ਨਹੀਂ ਆਇਆ ਬਟ ਬਹੁਤ ਹੀ ਗਲਤ ਕੀਤਾ ਉਹਨਾਂ ਨੇ ਮੁੱਖ ਮੰਤਰੀ ਨਾਲ ਅੱਜ ਵਿਚਾਰਾ ਕਬਾੜੀ ਦਾ ਸਮਾਨ ਵਿੱਚ ਨੂੰ ਮਜਬੂਰ ਹੋਇਆ ਪਿਆ ਤਿੰਨ ਸਾਲ ਚਲੋ ਉਹਨਾਂ ਰੱਖ ਲਿਆ ਕੋਲ ਤੇ ਬਾਅਦ ਚਾਹਦੇ ਦੋ ਚਾਰ ਮਹੀਨੇ ਘਰੇ ਲਾਇਆ ਮਾਪਿਓ ਕੋ ਰਹਿ ਆ ਫੇਰ ਦੋ ਚਾਰ ਮਹੀਨੇ ਹੁਣ ਤਾਂ ਪੂਰੇ ਹੋ ਗਏ ਬਾਜਾਂਦੇ ਤੈਨੂੰ ਖੜਾਂਗੇ ਖੜਾਂਗੇ ਬਾਜ ਖੜਿਆ ਨਹੀਂ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੁਣ ਆਦਾ ਇੰਟਰਵਿਊ ਕਿਦਾਂ ਉਹ ਕਬਾੜੀ ਵੇਚ ਰਿਆ ਤੇ ਕਿਦਾਂ ਉਹਦੇ ਤੋਂ ਬਿਜ਼ਨਸ ਕੀਤਾ ਗਿਆ ਮੈਂ ਹਮੇਸ਼ਾ ਹੀ ਕਹਿੰਦਾ ਨਾ ਕਿ ਇੰਡਸਟਰੀ ਚਾਹੁੰ ਤੋਂ ਪਹਿਲਾਂ ਸਿੰਗਰ ਬਾਅਦ ਚੋਂ ਬਣੀਓ ਪਰ ਪਹਿਲਾਂ ਇੱਕ ਬਿਜ਼ਨਸਮੈਨ ਬਣ ਕੇ ਆਇਓ ਕਿਉਂਕਿ ਕਿਦਾਂ ਲੇਬਲਸ ਕੰਪਨੀਆਂ ਬੰਦੇ ਨੂੰ ਚੂਸ ਜਾਂਦੀਆਂ ਪੰਜਾਬ ਦੇ ਵਿੱਚ ਪਹਿਲਾਂ ਵੀ ਜਿਹੜਾ ਉਹ ਸੀਗਾ ਆਪਣਾ ਠੰਡੇ ਵੇਚਦਾ ਦਸ਼ਮੇ ਮਾਰ ਕੇ ਹਨ ਉਹਨੂੰ ਵੀ ਪਹਿਲਾਂ ਕਿੰਨਾ ਕੰਪਨੀਆਂ ਨੇ ਯੂਜ਼ ਕੀਤਾ ਫਿਰ ਕੱਚੇ ਬਦਾਮ ਵਾਲਾ ਪਿੱਛੇ ਫੇਮਸ ਹੋਇਆ ਸੀ ਇਹਨਾਂ ਸਾਰਿਆਂ ਨੂੰ ਯੂਜ਼ ਕਰਕੇ ਇਹਨਾਂ ਨੇ ਤਾਂ ਕਰੋੜਾ ਰੁਪਇਆ ਕਮਾ ਕੇ ਲੇਬਲ ਛੱਡ ਦਿੰਦੇ ਇਹਨਾਂ ਵਿਚਾਰੇ ਭੋਲਿਆਂ ਨੂੰ ਇਹ ਲੱਗਦਾ ਯਾਰ ਮੁੱਖ ਮੰਤਰੀ ਨੂੰ ਉਸ ਇੰਟਰਵਿਊ ਚ ਦੇਖ ਕੇ ਲਿਟਰਲੀ ਮੈਨੂੰ ਨਾ ਅੰਦਰੋਂ ਫੀਲ ਹੋਇਆ ਮੈਂ ਅੱਜ ਤੱਕ ਇਸ ਬੰਦੇ ਲਈ ਕਦੇ ਫੀਲ ਨਹੀਂ ਕੀਤੀ ਬਟ ਕਿੰਨਾ ਪੋਲਾ ਪਾਲਾ ਬੰਦਾ ਤੁਹਾਨੂੰ ਪਤਾ ਥੋੜੇ ਹਨਾ ਉਹਦਾ ਟਾਈਪ ਬੰਦਾ ਹੈ ਮੈਨੂੰ ਉਹਦਾ ਬੜੇ ਜਾਣੇ ਕਹਿੰਦੇ ਵੀ ਅਮਰਤ ਸ਼ਕਲਾ ਦੁਬਾਰਾ ਅਮਰਤ ਸ਼ਕਲਾ ਚਲੋ ਮੇਰਾ ਦੇ ਜੀ ਕਰਦਾ ਮੈਂ ਅਮਰਤ ਸ਼ਕਾ ਅਮਰਤ ਕਿਹੜਾ ਚਲੋ ਅੰਦਰੋਂ ਕੱਢਿਆ ਹੁਣਾ ਅਮਰਤ ਮੈਂ ਤਾਂ ਨਾ ਕੱਢ ਲੈਂਦੇ ਢਡ ਪਾੜ ਕੇ ਜੇ ਕੱਢਣਾ ਹੈ ਤੇ ਅਮਰਤ ਹੁਣ ਮੇਰੇ ਆਪਣੇ ਅੰਦਰ ਆ ਮਹਾਰਾਜ ਦੀ ਕਿਰਪਾ ਆਪਣੇ ਤੇ ਆਪਾਂ ਸਹਿਜ ਪਾਠ ਕਰ ਲਈਦੇ ਗੁਰਬਾਣੀ ਪੜ ਲਈਦੇ ਆ ਮੈਂ ਤਾਂ ਚਾਹੁੰਦਾ ਵੀ ਅਮਰਤ ਦੁਬਾਰਾ ਸ਼ਗਿਆ ਜਾਵੇ ਹਾਂਜੀ ਕਾਲ ਤੱਕ ਤਾਂ ਸਹਿਬ ਆਪਣੀ ਪਰ ਰੈਸ਼ੋ ਰਾਮ ਵਾਲੀ ਚਲੋ ਜਿੰਦਗੀ ਵਧ ਗਿਆ ਹੋ ਵੀ ਉਦਾਂ ਪਰ ਹੁਣ ਮਹਾਰਾਜ ਦੀ ਕਿਰਪਾ ਮਹਾਰਾਜ ਕਹਿੰਦੇ ਕਿਰਤ ਕਰੋ ਕੰਮ ਕਰੋ ਵੇਲੇ ਨੂੰ ਕੌਣ ਖਾਣ ਨੂੰ ਦਿੰਦਾ ਆਪਾਂ ਨੂੰ ਕੰਮਕਾਰ ਤਾਂ ਕਰਨਾ ਪੈਣਾ ਹੁਣ ਵੇਲੇ ਨੂੰ ਕੌਣ ਖਾਣ ਨੂੰ ਦਿੰਦਾ ਤੇ ਆਪਾਂ ਫਿਰ ਇਦਾਂ ਦਿਹਾੜੀ ਦਾਪਾ ਕਰੀਦਾ ਕਰਦੇ ਆ ਨਾ ਜਾਈਦਾ ਕੰਮਕਾਰ ਕਰਾਈਦਾ ਪੈਸਾ ਇਕੱਠਾ ਕਰੀਦਾ ਆਪਣਾ ਖਰਚਾ ਪਾਣੀ ਤੋਰੀਦਾ ਹਾਂ ਜੀ ਵੀਡੀਓ ਦੇ ਵਿੱਚ ਕਿੰਨੀਆਂ ਚੰਗੀਆਂ ਚੀਜ਼ਾਂ ਕਹਿ ਰਿਹਾ ਕਿ ਯਾਰ ਮੈਂ ਗੁਰਦਗ ਦਾ ਗ੍ਰੰਥੀ ਬਾਨਣਾ ਚਾਹੁੰਨਾ ਆ ਜੋ ਚੀਜ਼ਾਂ ਦਾ ਮਤਲਬ ਠੀਕ ਅਰੀਓ ਮੇਜ ਵੀ ਕਿੰਨੀ ਗੰਦੀ ਬਣਾਤੀ ਸੀ ਇੰਡਸਟਰੀ ਦੇ ਵਿੱਚ ਕਿ ਉਹਨੂੰ ਬਹੁਤ ਬੁਰੇ ਤਰੀਕੇ ਨਾਲ ਪੇਸ਼ ਕੀਤਾ ਗਿਆ ਉਹਨੂੰ ਪ੍ਰੋਪਰ ਗਾਈਡੈਂਸ ਵੀ ਨਹੀਂ ਮਿਲੀ ਵਿਚਾਰੇ ਨੂੰ ਉਹਨੂੰ ਇਦਾਂ ਯੂਜ਼ ਕਰਕੇ ਸੁੱਟਦਾ ਅੱਜ ਜਿੱਦਾਂ ਸੇਮ ਪੰਜਾਬੀਆਂ ਨੇ ਹੁਣ گاਵਾ ਛੱਡੀਆਂ ਸਿ ਹੈ ਆਪਣੀਆਂ ਵਰਤ ਕੇ ਹਨ ਦੁੱਧ ਦੁੱਧ ਚੋ ਕੇ ਖੱਸੀ ਕਰਕੇ ਉਹਨਾਂ ਨੂੰ ਛੱਡਤਾ ਉਦਾਂ ਹੀ ਲੇਬਲ ਨੇ ਮੁੱਖ ਮੰਤਰੀ ਨੂੰ ਖੱਸੀ ਕਰਕੇ ਛੱਡਤਾ ਹੈ ਮੇਰੇ ਸ਼ਬਦ ਗਲਤ ਹੋ ਸਕਦੇ ਆ ਪਰ ਮੇਰੀ ਕੋਈ ਭਾਵਨਾ ਗਲਤ ਨਹੀਂ ਕਿਸੇ ਲਈ ਬਟ ਯਾ ਮੁੱਖ ਮੰਤਰੀ ਨੂੰ ਕੋਈ ਹੋਰ ਕੰਪਨੀ ਵੀ ਚਲੋ ਸਾਈਨ ਕਰ ਸਕਦੀ ਆ ਬਟ ਇੱਕ ਭੋਲੇ ਬੰਦੇ ਨੂੰ ਯਾਰ ਕਿੰਨਾ ਕੁ ਵਰਤੋਂਗੇ ਤੁਸੀਂ ਹਨਾ ਇੱਕ ਬੰਦੇ ਨੇ ਵਰਤ ਕੇ ਹੋਣਾ ਇਹਦਾ ਫੋਨ ਵੀ ਨਹੀਂ ਚੱਕਦੇ ਘੱਟੋ ਘੱਟ ਚੱਲ ਉਹਨੂੰ ਰਹਿਣ ਸੈਣ ਕਿਸੇ ਨੌਕਰੀ ਤਾਂ ਲਵਾ ਕੇ ਜਾਂਦੇ ਉਹ ਘੱਟੋ ਘੱਟ ਕਬਾੜ ਵੇਚਣ ਨੂੰ ਤਾਂ ਨਾ ਮਜਬੂਰ ਹੁੰਦਾ ਅਗਲਾ ਦੋ ਤਿੰਨ ਸਾਲ ਤੁਸੀਂ ਉਹਨਾਂ ਨਾਲ ਕੰਮ ਕੀਤਾ ਸੋਨੀ ਮਾਲਨਾ ਰਣਵੀਰ ਬਾੜਨਾ ਤੁਹਾਨੂੰ ਕਿੰਨਾ ਕੁ ਖਰਚਾ ਮਿਲਦਾ ਰਿਹਾ ਕੋਈ ਦਿੰਦੇ ਰਿਹਾ ਕੰਮ ਪੈਸਾ ਕੋਈ ਤੁਹਾਨੂੰ ਮਿਲਦਾ ਰਿਹਾ ਉਹਨਾਂ ਨੂੰ ਹਾਂ ਜੀ ਪੈਸਾ ਤਾਂ ਨਹੀਂ ਇਹਦਾ ਸੌਦਾ ਉਹਨਾਂ ਦਿੱਤਾ ਹੈ 5-6000 ਦਾ ਇਕੱਠਾ ਜਦੋਂ ਆਪਣੇ ਹਾੜ ਹੁੜ ਜੇ ਆਏ ਉਦੋਂ ਜੀ ਜੀ ਉਦੋਂ ਦਿੱਤਾ ਹੈ ਥੋੜਾ ਸੌਦਾ ਬਾਤਾਂ ਦੇ ਤੁਹਾਨੂੰ ਦਵਾਂਗੇ ਘਰ ਪੂਰਾ ਕਰਾ ਕੇ ਦਵਾਂਗੇ ਕੰਮ ਕਰਦਾ ਕਰਾ ਕੇ ਦਵਾਂਗੇ ਬਾਤ ਵਿੱਚ ਛੱਡੇ ਆਦਾ ਕੰਮ ਹੋਇਆ ਬਾਕੀ ਯਾਰ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਗਾ ਕਿਉਂਕਿ ਯਾਰ ਮੇਰੇ ਤੋਂ ਜ਼ਿਆਦਾ ਵੱਡੇ ਹੋਣਗੇ ਬਾਤ ਵੀਰ ਗੇ ਮੇਰੇ ਤੋਂ ਜ਼ਿਆਦਾ ਨੌਲੇਜ ਰੱਖਦੇ ਆ ਇੰਡਸਟਰੀ ਦੀ ਬਾਕੀ ਗਲਤ ਹੋਇਆ ਜੋ ਵੀ ਹੋਇਆ ਮੈਂ ਤੁਹਾਨੂੰ ਇਹੀ ਕਹੂੰਗਾ ਜਿੱਦਾਂ ਇੰਦਰਜੀਤ ਨਿੱਕੂ ਭਾਈ ਦੀ ਸਪੋਰਟ ਕੀਤੀ ਆ ਮੁੱਖ ਮੰਤਰੀ ਦੀ ਫਾਈਨੈਂਸ਼ਲੀ ਕਰ ਸਕਦੇ ਆ ਫਾਈਨੈਂਸ਼ਲੀ ਕਰੋ ਜੋ ਫਾਈਨੈਂਸ਼ਲੀ ਨਹੀਂ ਮੰਗ ਰਿਆ ਤੇ ਉਹਦਾ ਸਪੋਰਟ ਕਰੋ ਆਣਾ ਜਿਵੇਂ ਵੀ ਹੋ ਸਕਦਾ ਬਟ ਬੰਦਾ ਯਾਰ ਦੇਖ ਕੇ ਕੁਝ ਹੋ ਰਿਹਾ ਕਿ ਉਹ ਬੰਦਾ ਕਬਾੜ ਵੇਚਣ ਨੂੰ ਮਜਬੂਰ ਹੋਇਆ ਹੋਇਆ ਚਲੋ ਹਰ ਕੰਮ ਹਰ ਕੰਮ ਕੀਤੇ ਦੀ ਮੈਂ ਰਿਸਪੈਕਟ ਕਰਦਾ ਹਾਂ ਬਟ ਆਈ ਥਿੰਕ ਇੰਨਾ ਜ਼ਿਆਦਾ ਲਾਈਮ ਲਾਈਟ ਦੇ ਵਿੱਚ ਆਉਣ ਤੋਂ ਬਾਅਦ ਵੀ ਆ ਨਾ ਉਹ ਬੰਦਾ ਇਹ ਚੀਜ਼ਾਂ ਕਰ ਰਿਹਾ ਬਹੁਤ ਮਾੜੀ ਗੱਲ ਹੈ ਲੇਬਲਸ ਤੇ ਜਿਨ੍ਹਾਂ ਨੇ ਉਹਦੇ ਨਾਲ ਇਹ ਕੀਤਾ ਬਾਕੀ ਸੱਚ ਦੇ ਕਾਲ ਜੀ ਵੀਡੀਓ ਚ ਕੁਝ ਮਾੜਾ ਚੰਗਾ ਲੱਗਿਆ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ